ਤੁਸੀਂ ਜਿਹੜਾ ਇਹ ਲਿਖਣ ਦਾ ਟੈਲੈਂਟ ਕਦੋਂ ਸ਼ੁਰੂ ਕੀਤਾ ਸੀ? ਐਕਚੁਅਲੀ ਜੇ ਮੈਂ ਕਾਲਜ ਸੀ ਉਦੋਂ ਸ਼ੁਰੂ ਕੀਤਾ ਸੀ ਐਂਡ ਇਹ ਮੈਨੂੰ ਰੱਬ ਹੀ ਆਇਆ ਵਾ ਮੈਂ ਕੁਛ ਪੜਿਆ ਨਹੀਂ ਆ। ਕੋਈ ਡ੍ਰੀम्स ਜਾਂ ਇਨਸਪੀਰੇਸ਼ਨਸ ਇਸ ਜਰਨੀ ਨੂੰ ਲੈ ਕੇ ਕੀ ਆ ਤੁਹਾਡੇ ਇਸ ਉਮਰ ਦੇ ਵਿੱਚ? ਐਕਚੁਅਲੀ ਮੇਰੇ ਡ੍ਰੀਮਸ ਆ ਵਾ ਕਿ ਇੱਕ ਵਾਰੀ ਵੱਡਾ ਕਲਾਕਾਰ ਬਣ ਕੇ ਸਪੈਸ਼ਲੀ ਜਿਹੜੇ ਗਰੀਬ ਤੇ ਜਿਨ੍ਹਾਂ ਨੂੰ ਇਸ ਟਾਈਮ ਨੀਡ ਵਾ ਸਪੈਸ਼ਲ ਉਹਨਾਂ ਦੀ ਹੈਲਪ ਕਰਨੀ। ਕਹਿੰਦਾ ਬੱਲੇ ਵੇ ਪਰਦੇਸੀਆ ਇੱਕ ਬੰਦਾ ਤੇ ਦੇ ਦੋ ਭੇਸੀਆ ਰੰਦਾ ਉੱਪਰੋਂ ਉੱਪਰੋਂ ਹੱਸਦਾ ਵਿੱਚੋਂ ਰੂਹ ਤੇਰੀ ਰੋਂਦੀ ਹੈ। ਵਿਚ ਪਰਦੇਸਾਂ ਦੇ ਯਾਦ ਮਾਂ ਤੇਰੀ ਆਉਂਦੀ ਐ ਅੱਖ ਵੀ ਰਾਤਾਂ ਨੂੰ ਮਾਂ ਮੇਰੀ ਡੁੱਲਿਆਉਂਦੀ ਐ ਦਿਖਦੀ ਨਾ ਜਦ ਸਾਹਮਣੇ ਮੇਰੀ ਰੂਹ ਕੁਰਲਾਉਂਦੀ ਐ ਅੱਖ ਵੀ ਰਾਤਾਂ ਨੂੰ ਮਾਂ ਮੇਰੀ ਡੁੱਲਿਆਉਂਦੀ ਐ ਸਤਿ ਸ੍ਰੀ ਅਕਾਲ ਪੰਜਾਬੀ ਵੇਖ ਤੇ ਵੀਰ ਸੇ ਸਵਾਗਤ ਹੈ ਅੱਜ ਦੇ ਫਰੰਟਲਾਈਨ ਪ੍ਰੋਗਰਾਮ ਵਿੱਚ ਮੈਂ ਹਾਂ ਤੁਹਾਡੀ ਆਪਣੀ ਸੁਖੀ ਤੇ ਅੱਜ ਦਾ ਫਰੰਟਲਾਈਨ ਬਹੁਤ ਜ਼ਿਆਦਾ ਖਾਸ ਹੈ ਅੱਜ ਅਸੀਂ ਇਹੋ ਜੀ ਮੁਲਾਕਾਤਾਂ ਡਿਕਰੋਂ ਜਾ ਰਿਹਾ ਇਹਨਾਂ ਦੀ ਐਕਚੁਅਲੀ ਪਹਿਲੀ ਟੀਵੀ ਇੰਟਰਵਿਊ ਆ ਤੇ ਜੇ ਤੁਸੀਂ ਇਹਨਾਂ ਵੱਲ ਵੇਖੋਗੇ ਇਹਨਾਂ ਦੀ ਸ਼ਕਲ ਤੋਂ ਵੇਖ ਕੇ ਤੁਸੀਂ ਕਹੋਗੇ ਵੀ ਮਿਨੀ ਸਤਿੰਦਰ ਸਰਤਾਜ ਬੈਠੇ ਆ ਜਦੋਂ ਮੈਂ ਇਹਨਾਂ ਵੱਲ ਵੇਖਿਆ ਦੇਖਣੇ ਉਹੀ ਜੇ ਲੱਗਦੇ ਆ ਉਹਨਾਂ ਦੀ ਉਮਰ ਤੋਂ ਕਾਫੀ ਘਟਿਆ ਸਿਰਫ 22 ਸਾਲਾਂ ਦੇ ਆ ਤੇ ਤੁਹਾਨੂੰ ਪਤਾ ਹੈ ਅਸੀਂ ਚਾਹੁੰਦੇ ਪੰਜਾਬੀ ਤੇ ਜਿਹੜਾ ਲੋਕਲ ਟੈਲੈਂਟ ਹੈ ਉਹਨੂੰ ਬਹੁ ਸਰੀ ਦਿਨੀ ਗੇਟ ਲੋਅ ਮੈਨ ਲਰਨ ਦਿਨੀ ਗੇ ਬੀਸੀ ਦਿਨੀ ਗੇ ਥੋੜੇ ਦੂਰੋ ਚੱਲ ਕੇ ਆਏ ਆ ਸਾਡੇ ਕੋਲ 올 ਦਿ ਵੇ ਫਰਮ ਵਿਨਪੈਗ ਤੇ ਅਸੀਂ اچانک ਇਹਨਾਂ ਨੂੰ on the spot ਫੜਿਆ ਇੱਕ ਇੰਟਰਵਿਊ ਵਾਸਤੇ ਇੱਥੇ ਪਹੁੰਚੇ ਹੋਏ ਸੀ ਸਟੂਡੀਓ ਤੇ ਇਹਨਾਂ ਦੀ ਫਲਾਈਟ ਹੈ ਵਾਪਸ ਕੱਲ ਨੂੰ ਆ ਸੋ ਤਾਂ ਅਸੀਂ ਸੋਚਿਆ ਵੀ ਅਸੀਂ ਇੱਕ ਐਮਰਜੈਂਸੀ ਇੰਟਰਵਿਊ ਕਰੀਏ ਕਰਕੇ ਇਹੋ ਜਿਹੇ ਜਿਹੜੇ ਟੈਲੈਂਟ ਆ ਤੁਹਾਡੇ ਮੋਰੇ ਇਹਨਾਂ ਨੂੰ ਰੂਬਰੂ ਮਕਾਣਾ ਇਹਨਾਂ ਨੂੰ ਹਾਈਲਾਈਟ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਤੇ ਅੱਜ ਦਾ ਪ੍ਰੋਗਰਾਮ ਜਿੱਦਾਂ ਮੈਨੂੰ ਇਹਨਾਂ ਦੀ ਆਵਾਜ਼ ਸੁਣ ਕੇ ਕੁਝ ਇਹੋ ਜਿਹੇ ਜਿਹੜੇ ਫੀਲਿੰਗਸ ਆ ਰਹੇ ਆ ਮ ਨਾ ਲਾਉਂਦੀ ਹੋਈ ਮੈਂ ਹਾਈਲਾਈਟ ਕਰਨਾ ਚਾਹੁੰਦੀ ਸਾਡੇ ਆਪਣੇ ਨੌਜਵਾਨ ਕੈਨੇਡਾ ਦੇ ਵਿੱਚ ਆਏ ਹੋਏ ਇੰਡੀਆ ਤੋਂ ਚੱਲ ਕੇ ਸਕਿਪ ਦ ਡਿਸ਼ਸ ਲਈ ਇਹ ਕੰਮ ਕਰਦੇ ਆ ਸਟੂਡੈਂਟ ਹੈਗੇ ਆ ਹਾਈਲਾਈਟਸ ਦਾ ਆਪਣਾ ਇੱਥੇ ਕੋਰਸ ਕਰਨ ਆਏ ਹੋਇਆ ਤੇ ਬਾਕੀ ਇਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਆ ਸੋ ਪਲੀਜ਼ ਹੈਲਪ ਮੀ ਵੈਲਕਮ ਐਮ ਵੀ ਗੈਲ ਸੋ ਐਮ ਵੀ ਸਸਰੀ ਕਲਤ ਜੀ ਆਇਆ ਨਾ ਸਸਰੀ ਕਲਤ ਜੀ ਐਮ ਵੀ ਤੁਹਾਡੇ ਵੱਲ ਵੇਖ ਕੇ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਆਏ ਆ ਆਬਵੀਅਸਲੀ ਇੱਕ ਯੂ ਨੋ ਸਟੂਡੈਂਟ ਇੱਕ ਨੌਜਵਾਨ ਨਜ਼ਰ ਆਇਆ ਨਾਲ ਦੀ ਨਾਲ ਇੱਕ ਸਤਿੰਦਰ ਸਰਤਾਜ ਦੀ ਮਿਨੀ ਵਰਜਨ ਤੁਸੀਂ ਲੱਗਦੇ ਆ ਕਈਆਂ ਨੇ ਤੁਹਾਨੂੰ ਇਹ ਕਿਹਾ ਵੀ ਤੁਸੀਂ ਉਹਨਾਂ ਦੇ ਵਾਂਗੂ ਲੱਗਦੇ ਦੇਖਣ ਨੂੰ ਜੀ ਮੇਰੇ ਬਹੁਤ ਫਰੈਂਡਸ ਨੇ ਕਿਹਾ ਇਹ ਗੱਲ ਓਕੇ ਪਰਸਨਲੀ ਕਹਿੰਦੇ ਆ ਪਰਸੋਂ ਮੇਰੇ ਫਰੈਂਡ ਨੇ ਇੱਕ ਨੇ ਟੈਗ ਕੀਤਾ ਸੀ ਫੋਟੋ ਖਿੱਚ ਕੇ ਅੱਛਾ ਹਾਂਜੀ ਤਨਵੀ ਨੇ ਤਾਂ ਟੈਗ ਵੀ ਕੀਤਾ ਉਹ ਵੀ ਛੱਤ ਦੇਖ ਕੇ ਕਹਿੰਦੇ ਹੋਣੇ ਆ ਜਮੇ ਮੇਰੇ ਵਰਗਾ ਲੱਗਦਾ ਆ ਹਾਂਜੀ ਐਮ ਸੋ ਐਮ ਵੀ ਤੁਸੀਂ ਸਾਡੇ ਸਟੂਡੀਓ 'ਚ ਆਈ ਸੀ ਇੱਕ ਸਟੋਰੀ ਕਰਨ ਨੂੰ ਅਸੀਂ ਤੁਹਾਡੀ ਆਵਾਜ਼ ਸੁਣੀ ਤੇ ਤੁਹਾਡੀ ਆਵਾਜ਼ ਨੇ ਸਾਡੀ ਐਕਚੁਅਲੀ ਮੇਰੀ ਅੱਖਾਂ ਦੇ ਵਿੱਚ ਮੇਰੇ ਕਾਲੀਗਸ ਦੇ ਅੱਖਾਂ ਦੇ ਵਿੱਚ ਪਾਣੀ ਲਿਆ ਦਿੱਤਾ ਤੁਹਾਡੇ ਜਿਹੜੇ ਜਜ਼ਬਾਤ ਆ ਤੁਸੀਂ ਗਾਉਂਦੇ ਵੀ ਆ ਤੁਸੀਂ ਲਿਖਦੇ ਵੀ ਆ ਤੇ ਆ ਇੱਕ ਛੋਟੀ ਜੀ ਉਮਰ ਦੇ ਵਿੱਚ ਜਿਹੜਾ ਇਹਨਾਂ ਡੀਪ ਲਿਖਣਾ ਆਈ ਥਿੰਕ ਕਿਸੇ ਕਿਸੇ ਕੋਲੇ ਟੈਲੈਂਟ ਹੁੰਦਾ ਸੋ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਵੀ ਤੁਸੀਂ ਜਿਹੜਾ ਇਹ ਲਿਖਣ ਦਾ ਟੈਲੈਂਟ ਕਦੋਂ ਸ਼ੁਰੂ ਕੀਤਾ ਸੀ ਐਕਚੁਅਲੀ ਜੇ ਮੈਂ ਕਾਲਜ ਸੀ ਉਦੋਂ ਸ਼ੁਰੂ ਕੀਤਾ ਸੀ ਐਂਡ ਇਹ ਮੈਨੂੰ ਰੱਬ ਹੀ ਆਇਆ ਵਾ ਮੈਂ ਕੁਝ ਪੜਿਆ ਨਹੀਂ ਆ ਮੈਂ ਪੜਦਾ ਨਹੀਂ ਪਹਿਲੀ ਗੱਲ ਤੇ ਆ ਓਕੇ ਮੈਂ ਪੜਾਈ ਤੋਂ ਦੂਰ ਹੀ ਰੰਨਾ ਅੱਛਾ ਪੜਾਈ ਤੋਂ ਦੂਰ ਰਹਿੰਦੇ ਤੁਸੀਂ ਓਕੇ ਹਾਂਜੀ ਅੱਛਾ ਤੇ ਆ ਮੈਨੂੰ ਆਪੇ ਆਇਆ ਰੱਬ ਰੱਬੀ ਦਾਤਾ ਹਾਂ ਹਾਂ ਐਂਡ ਮੈਨੂੰ ਰੀਅਲਾਈਜ਼ ਹੋਇਆ ਸੈਕੰਡ ਸੈਮੈਸਟਰ ਦੇ ਵਿੱਚ ਜੋ ਕਾਲਜ ਲਾਈਫ ਦੇ ਵਿੱਚ ਸੀ ਹਾਂ ਹਾਂ ਅੱਛਾ ਉਦੋਂ ਤੁਸੀਂ ਰੀਅਲਾਈਜ਼ ਕੀਤਾ ਕਿ ਮੈਨੂੰ ਲਿਖਣਾ ਆਉਂਦਾ ਆ ਹਾਂਜੀ ਕੀ ਲਿਖਦੇ ਸੀ ਤੁਸੀਂ ਉਸ ਟਾਈਮ ਉਦੋਂ ਮੈਂ ਸ਼ੁਰੂ ਕੀਤਾ ਸ਼ਾਇਰੀ ਤੋਂ ਹਮਮ ਥੈਨ ਫਿਰ ਕਹਿੰਦੇ ਪਹਿਲਾ ਗਾਣਾ ਉਦੋਂ ਮੈਂ ਲਿਖਿਆ ਸੀ ਇੱਕ ਐਕਚੁਅਲੀ ਉਦੋਂ ਮੈਂ ਇੱਕ ਚੂੜੇ ਵਾਲੀ ਕੁੜੀ ਦੇਖੀ ਸੀ ਕਾਲਜ ਅੱਛਾ ਉਦੋਂ ਮੈਂ ਤੇ ਉਦੋਂ ਉਹਨੂੰ ਦੇਖ ਕੇ ਮੈਂ ਪਹਿਲਾ ਗਾਣਾ ਲਿਖਿਆ ਸੀ ਅੱਛਾ ਹਾਂਜੀ ਸੋ ਇਹ ਆ ਗਿਆ ਤੁਹਾਨੂੰ ਹਾਂਜੀ ਉਹ ਗਾਣਾ ਐਦਾਂ ਸੀ ਹਮ ਤੇਰੇ ਨਾਂ ਵਾਲਾ ਚੂੜਾ ਪਾ ਕੇ ਮੈਂ ਲੰਗਾ ਵੰਗ ਖਣਕਾ ਕੇ ਤੇਰੇ ਨਾਂ ਵਾਲਾ ਚੂੜਾ ਪਾ ਕੇ ਮੈਂ ਲੰਗਾ ਵੰਗ ਖਣਕਾ ਕੇ ਕੰਨਾਂ ਵਿੱਚ ਸੁਣਦੀ ਤੇਰੀ ਆਵਾਜ਼ ਸੱਜਣਾ ਮੈਂ ਤੇਰੀਆਂ ਮੈਂ ਤੇਰੀਆਂ ਮੈਂ ਤੇਰੀਆਂ ਮੈਂ ਤੇਰੀਆਂ ਗੁਲਾਮ ਸੱਜਣਾ ਮੈਂ ਤੇਰੀਆਂ ਮੈਂ ਤੇਰੀਆਂ ਮੈਂ ਤੇਰੀਆਂ ਮੈਂ ਤੇਰੀਆਂ ਗੁਲਾਮ ਸੱਜਣਾ ਹੋ ਆਮਰ ਪਹਿਲਾ ਗਾਣਾ ਸੀ ਉਹਦਾ ਵਾਓ ਸੋ ਇਹ ਤੁਸੀਂ ਲਿਖਿਆ ਵੀ ਤੇ ਫਿਰ ਇਹ ਦੇ ਨਾਲ ਦੇ ਨਾਲ ਇੱਕ ਤੁਹਾਡੀ ਆਵਾਜ਼ ਵੀ ਬੜੀ ਹੈ ਨਾ ਬੁਲੰਦ ਹੈ ਲਾਈਕ ਫਿਰ ਤੁਹਾਡੇ ਕੋਈ ਕਿਸੇ ਤੋਂ ਤੁਸੀਂ ਸਿੱਖੇ ਵੀ ਆ ਇਹ ਗਾਣਾ ਐਕਚੁਅਲੀ ਮੈਂ ਕਾਲਜ ਦੇ ਵਿੱਚ 뮤직 ਰੱਖਿਆ ਸੀ ਹਾਂ ਬਟ ਕਲਾਸਿਸ ਬਹੁਤ ਘਟਲਾਈਆਂ ਉਹੀ ਹੈ ਨਾ ਉੱਥੇ ਗੱਲ ਆ ਗਈ ਕਿ ਤੁਸੀਂ ਕਹਿੰਦੇ ਵੀ ਤੁਸੀਂ ਪੜਾਈ ਬਹੁਤ ਘਟਲਾਈ ਕਰਦੇ ਹੋ ਕਲਾਸਿਸ ਬਹੁਤ ਘਟਾਛਾ ਸੋ 뮤직 ਰੱਖਿਆ ਸੀ ਪਰ ਗਿਆ ਨਹੀਂ ਹਾਂਜੀ ਹਮ ਬਟ ਮੈਂ 12th ਕਲਾਸਿਸ ਇੱਕ ਮਹੀਨਾ ਲਈ ਸੀ ਹਮ ਹਮ ਐਂਡ ਮੈਂ ਕਲਾਸਿਕਲ ਸੋਚਿਆ ਸੀ ਸਿੱਖੂਗਾ ਬਟ ਜੋ ਮੈਂ ਕਲਾਸਿਸ ਲੈਣ ਗਿਆ ਉੱਥੇ ਸਰ ਨੇ ਕਿਹਾ ਕਹਿੰਦੇ ਤੇਰੇ ਕੋਲ ਗਿਟਾਰ ਹੈਗੀ ਮੈਂ ਕਿਹਾ ਹਾਂਜੀ ਹੈਗੀ ਆ ਹਾਂ ਕਹਿੰਦੇ ਪਹਿਲਾਂ ਉਹ ਸਿੱਖ अच्छा ਮੈਂ ਗਿਟਾਰ ਸਿੱਖੀ ਆ ਮਿਊਜ਼ਿਕ ਤਾਂ ਵੀ ਮੇਰਾ ਰਹਿ ਗਿਆ ਸਿੱਖਣ ਨੂੰ ਵਾਓ ਸੋ ਗਿਟਾਰ ਤੁਸੀਂ ਸਿੱਖੀ ਆ ਪਰ ਮੇਰਾ ਖਿਆਲ ਮੇਰਾ ਪਹਿਲਾ ਕੁਐਸਚਨ ਤੁਹਾਨੂੰ ਇਹੀ ਸੀ ਤੁਸੀਂ ਆਪਣੀ ਗਿਟਾਰ ਨਾਲ ਲੈਂਦੀ ਆ ਪਰ ਬਿਕਾਜ਼ ਤੁਸੀਂ ਇਥੇ ਆਇਲਟਸ ਦਾ ਕਰਕੇ ਆਏ ਸੀਗੇ ਕਿਟਾਰ ਤੁਸੀਂ ਲੈਂਦੀ ਨਹੀਂ ਸੋ ਪਹਿਲਾ ਇਹ ਸਾਨੂੰ ਦੱਸੋ ਆਈ ਥਿੰਕ ਜੈਨੇਸਾ ਦੇ ਈਵਰਸ ਸਾਡੇ ਨਾਲ ਜੁੜਿਆ ਆ ਆ ਇਦਾਂ ਹੀ ਇਹਨਾਂ ਨੂੰ ਨਾਲ ਜੋੜ ਕੇ ਰੱਖੀਏ ਸਰਤਾਜ ਜੇ ਤੁਹਾਡੀ ਥੋੜੀ ਜੀ ਇਨਸਪੀਰੇਸ਼ਨ ਆ ਮੇਰਾ ਖਿਆਲ ਕਰਕੇ ਤੁਹਾਡਾ ਜਿਹੜਾ ਸੂਫੀ ਆ ਤੁਸੀਂ ਕਹਿੰਦੇ ਇੱਕ ਰੰਗ ਇਹੋ ਜਿਹਾ ਜਿਹੜਾ ਤੁਹਾਡੇ ਜ਼ੈਨ ਦੇ ਵਿੱਚ ਹੈਗਾ ਆ ਜਿਹੜਾ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਦੇ ਆ ਸੋ ਸਰਤਾਜ ਨੂੰ ਬਾੜਾ ਲੱਗਦਾ ਹੋਵੇ ਜਾਂ ਤੁਸੀਂ ਕੋਈ ਆਪਣੀ ਕੰਪੋਜੀਸ਼ਨ ਆਪਣੇ ਅਲਫ਼ਜ਼ਾਂ ਦੇ ਵਿੱਚ ਬਣਾਈ ਹੋਵੇ ਜਿਹੜਾ ਸਰਤਾਜ ਦੀ ਥੋੜੀ ਸਾਰੇ ਤੋਂ ਪਹਿਲਾਂ ਮੈਂ ਉਹਨਾਂ ਦਾ ਗਾਣਾ ਜਿਹੜਾ ਹੈਗਾ ਮਾਸੂਮੀਅਤ ਉਹ ਗਾਣਾ ਚਾਹੂੰਗਾ ਹੂੰ ਹੂੰ ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮਿਆਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿੰਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆ ਤੇ ਕੁਝ ਖਾਸ ਚਿਹਰੇ ਹੁੰਦੇ ਨੇ ਪਾਕੀਜਾ ਸੂਰਤ ਨਾਲ ਨਜ਼ਰ ਮਿਲਾ ਲੈਣਾ ਏ ਕਮ ਤੇ ਤੋਂ ਨਹੀਂ ਹੋਣਾ ਸਰਤਾਜ ਮੀਆਂ ਇਹੀ ਕਮ ਤਾਂ ਪਾਕ ਪਵਿੱਤਰ ਰੂਹਾਂ ਦੇ ਯਾ ਜਿਸ ਦਿਲ ਵਿੱਚ ਸਿੱਧਕ ਤੇ ਜੇਰੇ ਹੁੰਦੇ ਨੇ ਹਾਂ ਸਭ ਤੋਂ ਮਹਿੰਗੀ ਹੁੰਦੀ ਐ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਅਮੇਜ਼ਿੰਗ ਮੈਨੂੰ ਤਾਂ ਲੱਗਦਾ ਨਹੀਂ ਇਹ ਵੀ ਤੇ ਐਮ ਵੀ ਮੇਰੇ ਕੋਲ ਬੈਠੇ ਮੈਨੂੰ ਐਵੇਂ ਲੱਗਦਾ ਜਿਦਾਂ ਅੱਗੇ ਮੈਂ ਸਰਤਾਜ ਦੀ ਇੰਟਰਵਿਊ ਕਰਦੀ ਵੀ ਤੁਸੀਂ ਬਿਲਕੁਲ ਉਹਨਾਂ ਦੇ ਵਰਗੇ ਲੱਗਦੇ ਆ ਤੇ ਆਵਾਜ਼ ਵੀ ਤੁਹਾਣੇ ਉਹਨਾਂ ਦੀ ਥੈਂਕ ਯੂ ਦੈਟ ਇਜ਼ ਅਮੇਜ਼ਿੰਗ ਅਮ ਸੋ ਯੂ ਨੋ ਤੁਸੀਂ ਇੱਕ ਇਨਾ ਹਾਈ ਆਰਟਿਸਟ ਹੈ ਸੂਫੀ ਆਰਟਿਸਟ ਹੈ ਅਮ ਉਹਨਾਂ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਇਹੋ ਜਿਹਾ ਗੀਤ ਕਦੀ ਉਹਨਾਂ ਤੱਕ ਤੁਹਾਡੀ ਆਵਾਜ਼ ਗਈ ਆ ਤੁਹਾਨੂੰ ਕੀ ਲੱਗਦਾ ਆ ਨਹੀਂ ਉਹਨਾਂ ਤੱਕ ਕਦੀ ਓਕੇ ਅੱਜ ਦਾ ਸ਼ੋਅ ਆਪਾਂ ਮੇਕ ਸ਼ੁਰ ਕਰਨਾ ਹੈ ਕਿ ਅੱਜ ਜੇ ਸਤਿੰਦਰ ਸਤਾਜ ਦਾ ਸ਼ੋਅ ਵੇਖ ਰਿਹਾ ਕਿ ਆ ਤੁਹਾਡਾ ਮਿਨੀ ਵੀ ਸਾਡੇ ਕੋਲ ਪਹੁੰਚੇ ਹੋਇਆ ਐਮ ਵੀ ਤੁਸੀਂ ਆਪਣੀ ਕੰਪੋਜੀਸ਼ਨ ਦੇ ਵਿੱਚ ਵੀ ਥੋੜਾ ਜਿਹਾ ਲਿਖਿਆ ਸੀਗਾ ਤੇ ਉਹ ਵੀ ਮੈਂ ਚਾਹੁੰਦੀ ਕਿ ਤੁਸੀਂ ਸਾਡੇ ਵਿਅਰਸ ਨੂੰ ਸੁਣਾਓ ਓਕੇ ਦਿਓ ਇਦਾਂ ਸੀ ਦਿਲ ਸੰਭ ਲੈ ਤੂੰ ਸ਼ਿਮਲੇ ਦੀ ਕੁੜੀਏ ਮੋਰਾ ਦੀ ਚਾਲ ਤੁਰੀਏ ਨਹੀਂ ਖਾਵ ਤੇਰੇ ਤੰਗ ਕਰ ਦੇ ਦਿਲ ਸੰਭ ਲੈ ਤੂੰ ਸ਼ਿਮਲੇ ਦੀ ਕੁੜੀਏ ਮੋਰਾ ਦੀ ਚਾਲ ਤੁਰੀਏ ਨਹੀਂ ਖਾਵ ਤੇਰੇ ਤੰਗ ਕਰ ਦੇ ਨੈਣ ਹੈਗੇ ਤੇਰੇ ਤੇਜ ਤਲਵਾਰ ਜੇ ਮੇਰੇ ਸੀਨੇ ਉੱਤੇ ਹੋਏ ਕਿਸੇ ਵਾਰ ਦੇ ਨੈਣ ਹੈਗੇ ਤੇਰੇ ਤੇਜ ਤਲਵਾਰ ਜੇ ਮੇਰੇ ਸੀਨੇ ਉੱਤੇ ਹੋਏ ਕਿਸੇ ਵਾਰ ਦੇ ਨਹੀਂ ਦੋਸ਼ੀ ਅਸੀਂ ਲੱਭੀਏ ਕਿਵੇਂ ਦਿਲ ਸਾੰਭ ਲੈ ਤੁਸ਼ਮਲੇ ਦੀ ਕੁੜੀ ਐ ਮੋਰਾਂ ਦੀ ਚਾਲ ਤੁਰੀਏ ਨਹੀਂ ਖਾਵ ਤੇਰੇ ਤੰਗ ਕਰ ਦੇ ਵਾਓ ਅਮੇজিং ਐਮ ਵੀ ਤੁਸੀਂ ਕਿੱਥੋਂ ਦੇ ਹੈਗੇ ਆ ਉਹਦਾ ਜਿਹੜਾ ਜੇ ਆਪ ਪਿਛਲੇ ਗੱਲ ਕਰੀਏ ਇੰਡੀਆ ਦੀ ਕਿੱਥੋਂ ਤੁਸੀਂ ਬਿਲੋਂਗ ਕਰਦੇ ਆ ਤੁਸੀਂ ਐਕਚੁਅਲੀ ਮੈਂ ਹੈਗਾ ਵੈਸੇ ਆਪਣਾ ਪਿੰਡ ਪੈਂਦਾ ਵਾ ਖੇਮ ਕਰਨ ਬਟ ਮੈਂ ਸਟੱਡੀ ਵਗੈਰਾ ਸਾਰੀ ਜਲੰਧਰ ਤੋਂ ਕੀਤੀ ਹੋਈ ਆਪ ਜਲੰਧਰ ਤੋਂ ਕੀਤੀ ਆ ਹਾਂਜੀ ਤੇ ਜਦੋਂ ਤੁਸੀਂ ਕਿੰਨੇ ਸਾਲਾਂ ਦੇ ਸੀ ਜਦੋਂ ਤੁਸੀਂ ਕੈਨੇਡਾ ਤੁਸੀਂ ਆਏ ਸੀਗੇ ਤੇ ਕਿਹੜੇ ਬੇਸਿਸ ਤੇ ਆਏ ਸੀਗੇ ਰੌਮ 20 ਸੀ 20 ਸਿਗੇ 20 ਸਾਲਾਂ ਦੇ ਸੀ ਸੈਟ ਤੁਸੀਂ ਜਦੋਂ ਆਏ ਸੀਗੇ ਇੰਡੀਆ ਤੋਂ ਆਉਣਾ ਬਹੁਤ ਔਖਾ ਹੈ ਖਾਸ ਕਰਕੇ ਪਹਿਲੀ ਵਾਰੀ ਤੁਸੀਂ ਵਿਦੇਸ਼ਾਂ ਦੇ ਵਿੱਚ ਆਉਂਦੇ ਆ ਇੱਕ ਤੁਸੀਂ ਆਪਣੀ ਫੈਮਲੀ ਛੱਡ ਕੇ ਇਕੱਲੇ ਆਉਂਦੇ ਆ ਸੋ ਮੈਨੂੰ ਪਤਾ ਕੁਝ ਜਜ਼ਬਾਤ ਤੁਹਾਡੇ ਆਪਣੇ ਮੰਮੀ ਡੈਡੀ ਦੇ ਨਾਲ ਵੀ ਜੁੜੇ ਹੋਏ ਆ ਜਦੋਂ ਤੁਸੀਂ ਘਰ ਛੱਡ ਕੇ ਆਏ ਸੀ ਪਹਿਲੀ ਵਾਰੀ ਉਹ ਮਾਹੌਲ ਕਿਵੇਂ ਦੱਸ ਕਾ ਉਹਦੇ ਉੱਤੇ ਮੈਂ ਲਾਈਨਾਂ ਲਿਖੀਆਂ ਸੀ ਕੁਝ ਇੱਕ ਮਿੰਟ ਮੈਂ ਤੁਹਾਨੂੰ ਸੁਣਾਉਣਾ ਇੱਕ ਮਿੰਟ ਵਿਚ ਪਰਦੇਸਾਂ ਦੇ ਯਾਦ ਆਉਂਦੀ ਹੈ ਤੇਰੀ ਰੂਹ ਨੂੰ ਹੌਲ ਜਿਹੇ ਯਾਦ ਪਉਂਦੀ ਹੈ ਤੇਰੀ ਦਿਖਦੀ ਨਾ ਜਦ ਸਾਹਮਣੇ ਮੇਰੀ ਰੂਹ ਕੁਰ ਲਾਉਂਦੀ ਹੈ ਅੱਖ ਵੀ ਰਾਤਾਂ ਨੂੰ ਮਾਂ ਮੇਰੀ ਡੁੱਲੇ ਆਉਂਦੀ ਹੈ ਅੱਖ ਵੀ ਰਾਤਾਂ ਨੂੰ ਮਾਂ ਮੇਰੀ ਡੁੱਲੇ ਆਉਂਦੀ ਹੈ ਉਹ ਗੱਲ ਗੱਲ ਤੇ ਤੇਰਾ ਟੋਕਣਾ ਦੂਰ ਜਾਣ ਤੋਂ ਮੈਨੂੰ ਰੋਕਣਾ ਚੜ ਚੋਬਾਰੇ ਤੇ ਮੈਂ ਦੇਖਦਾ ਚੰਨ ਵੀ ਮੈਨੂੰ ਮੱਥਾ ਟੇਕਦਾ ਕਹਿੰਦਾ ਬੱਲੇ ਵੇ ਪਰਦੇਸੀਆ ਇੱਕ ਬੰਦਾ ਤੇ ਦੋ ਭੇਸੀਆ ਰਹਿੰਦਾ ਉੱਪਰੋਂ ਉੱਪਰੋਂ ਹੱਸਦਾ ਵਿੱਚੋਂ ਰੂਹ ਤੇਰੀ ਰੋਂਦੀ ਹੈ ਵਿੱਚ ਪਰਦੇਸਾਂ ਦੇ ਯਾਦ ਮਾਂ ਤੇਰੀ ਆਉਂਦੀ ਹੈ ਅੱਖ ਵੀ ਰਾਤਾਂ ਨੂੰ ਮਾਂ ਮੇਰੀ ਡੁੱਲੇ ਆਉਂਦੀ ਐ ਦਿਖਦੀ ਨਾ ਜਦ ਸਾਹਮਣੇ ਮੇਰੀ ਰੂਹ ਕੁਰਲਾਉਂਦੀ ਐ ਅੱਖ ਵੀ ਰਾਤਾਂ ਨੂੰ ਮਾਂ ਮੇਰੀ ਡੁੱਲੇ ਆਉਂਦੀ ਐ ਵਾਓ ਬਿਊਟੀਫੁਲ ਕਿੰਨੇ ਸੋਹਣੀਆਂ ਲਾਈਨਸ ਆ ਆ ਇੰਨੀ ਡੂੰਗੀ ਸੋਚ ਇੰਨੀ ਛੋਟੀ ਉਮਰ ਦੇ ਵਿੱਚ ਮੈਨੂੰ ਨਹੀਂ ਯਕੀਨ ਆਉਂਦਾ ਐਮ ਸੋ ਆਬਵੀਸਲੀ ਇਨਸਪੀਰੇਸ਼ਨ ਜਿਹੜੇ ਪਿੱਛੇ ਤੁਹਾਡੀ ਮਾਂ ਸੀਗੀ ਇੱਥੇ ਤੁਸੀਂ ਆਏ ਸੀਗੇ ਐਮ ਵਾਕਈ ਇਹ ਗੱਲ ਸਹੀ ਐ ਕਿ ਤੁਸੀਂ ਉੱਤੋਂ ਤੋਂ ਹੱਸਦੇ ਆ ਤੇ ਅੰਦਰੋਂ ਗੱਲ ਹੋ ਰਿਹਾ ਇਹ ਤਾਂ ਸੱਚੀ ਹੈ ਇਹ ਸੱਚੀ ਗੱਲ ਹੈ ਜੀ ਆ ਕੀ ਤੁਸੀਂ ਜ਼ਿਆਦਾ ਮਿਸ ਕਰਦੇ ਆਂ ਇੰਡੀਆ ਦਾ ਆਪਣੇ ਪੇਰੈਂਟਸ ਤੋਂ ਅਲਾਵਾ ਕੀ ਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਯਾਦ ਆਉਂਦੀਆਂ ਜਿਹੜੇ ਤੁਹਾਨੂੰ ਲੱਗਦਾ ਇੱਥੇ ਕੈਨੇਡਾ ਦੇ ਵਿੱਚ ਆ ਕੇ ਕਿਉਂਕਿ ਕਈ ਸਟੂਡੈਂਟਸ ਸਾਡੇ ਨਾਲ ਜੁੜੇ ਹੋਏ ਆ ਰਾਈਟ ਆਮ ਵੀ ਆ ਇੰਡੀਆ ਦੇ ਵਿੱਚ ਉਹਨਾਂ ਦੇ ਸੁਪਨੇ ਹੁੰਦੇ ਵੀ ਸੀ ਵਿਦੇਸ਼ਾਂ ਨੂੰ ਜਾਈਏ ਉੱਥੇ ਕੋਈ ਵਧੀਆ ਲਾਈਫ ਅਸੀਂ ਜੀਵਾਂਗੇ ਹੋ ਸਕਦਾ ਉੱਥੇ ਸੌਖੀ ਲਾਈਫ ਸਾਡੀ ਹੋਵੇ ਵਾਕਿਆ ਹੀ ਸਹੀ ਆ ਇਹ ਗੱਲ ਸਹੀ ਹੈ ਪਰ ਮੈਂ ਸਾਰਿਆਂ ਨਾਲ ਆਪਣੇ ਫਰੈਂਡਸ ਨੂੰ ਮਿਸ ਕਰਨਾ ਉਥੋਂ ਦੇ ਹੂੰ ਹੂੰ ਕਿਉਂਕਿ ਸਾਨੂੰ ਅੱਜ ਵੀ ਯਾਦ ਆ ਅਸੀਂ ਤਿੰਨ ਮੁੰਡੇ ਹੁੰਦੇ ਸੀ ਵਿਸ਼ਾਲ ਗੁ ਅਸੀਂ ਤਿੰਨੇ ਇਕੱਠੇ ਨੇ ਪਰਫਾਰਮ ਕਰਨਾ ਕਾਲਜ ਐਕਚੁਅਲੀ ਉਹ ਪਲੇ ਵੀ ਕਰਦਾ ਵਾ ਮੁੰਡਾ ਜਿਹੜਾ ਤੁਹਾਨੂੰ ਦੱਸਿਆ ਵਿਸ਼ਾਲ ਐਂਡ ਉਹ ਗਾਉਂਦਾ ਵੀ ਬਹੁਤ ਸੋਹਰਲਾ ਮੇਰੇ ਤੋਂ ਜ਼ਿਆਦਾ ਵਈਆ ਗਾਉਂਦਾ ਉਹ ਇਨਫੈਕਟ ਤੇ ਅਸੀਂ ਤਿੰਨਾਂ ਨੇ ਇਕੱਠੇ ਨੇ ਪਰਫਾਰਮ ਕਰਨਾ ਜਿੱਥੇ ਵੀ ਕਰਨਾ ਐਂਡ ਗਿਟਾਰ ਮੈਂ ਉਹ ਤੋਂ ਇਨਸਪਾਇਰ ਹੋ ਕੇ ਸਿੱਖੀ ਸੀ ਵਾਓ ਹਾਂਜੀ ਸੋ ਜਿਹੜੀ ਮਹਿਫਲਾਂ ਲੱਗਦੇ ਸੀਗੇ ਇਹ ਸਭ ਤੋਂ ਜ਼ਿਆਦਾ ਤੁਸੀਂ ਉਹ ਮਿਸ ਕਰਦੇ ਹੋ ਬਹੁਤ ਜ਼ਿਆਦਾ ਕਿਉਂਕਿ ਅੰਦੇ ਸਾਡੇ ਕਾਲਜ ਦੇ ਵਿੱਚ ਅਸੀਂ ਕੰਟੀਨਿਊ ਦੇ ਵਿੱਚ ਪਰਫਾਰਮ ਕਰਨਾ ਕਲਾਸਾਂ ਲਾਉਣੀਆਂ ਨਹੀਂ ਐਂਡ ਜੋ ਕੰਟੀਨਿਊ ਦੇ ਵਿੱਚ ਪਰਫਾਰਮ ਕਰਨਾ ਤੇ ਉੱਥੇ ਇਕੱਠੇ ਹੋਣਾ ਸਾਰਾ ਹਮਮ ਐਂਡ ਸਪੈਸ਼ਲੀ ਜੇ ਸਕਿਉਰਿਟੀ ਗਾਰਡਸ ਨੇ ਦੇਖਣਾ ਉਹਨਾਂ ਨੂੰ ਲੱਗਦਾ ਲੜਾਈ ਲੜਾਈ ਹੋ ਗਈ ਕੋਈ ਉਹਨਾਂ ਨੇ ਭੱਜੇ ਭੱਜੇ ਆਉਣਾ ਦੇਖਣਾ ਕਿ ਹਾਂ ਇੱਥੇ ਤਾਂ ਕਹਿੰਦੇ ਮਹਿਫਲ ਲੱਗੀ ਹੋਈ ਹੈ ਤੇ ਐਂਡ ਤੇ ਆ ਕੇ ਸਾਡੇ ਅੱਧਾ ਹੋ ਗਿਆ ਸੀ ਕਿ ਸਾਨੂੰ ਕੰਟੀਨੂ ਵਾਲਿਆਂ ਨੇ ਨਾ ਕਹਤਾ ਸੀ ਮਨਾ ਕਰਤਾ ਸੀ ਕਿ ਗਿਟਾਰ ਬੰਦ ਰਹਿਣੀ ਚਾਹੀਦੀ ਹੈ ਕੋਈ ਕੰਟੀਨ ਦੇ ਜਤਾ ਕਿ ਕਹਿੰਦੇ ਉਹਨਾਂ ਨੂੰ ਡਿਸਟਰਬੈਂਸ ਨਾ ਹੋਵੇ ਹਮਮ ਤੇ ਅਸੀਂ ਫਿਰ ਬਾਹਰ ਕਹਿੰਦੇ ਆ ਆਪਣੀ ਮਹਿਫਲ ਜਮਾਈ ਦੀ ਸੀ ਹੂੰ ਹੂੰ ਫਿਰ ਇੱਕ ਵਧੀਆ ਗੱਲ ਇਹ ਆ ਕਿ ਇੱਕ ਚੰਗੀ ਚੀਜ਼ ਆ ਜਿਹੜਾ 뮤ਜ਼ਿਕ ਆ ਆਪਾਂ ਅੱਗੇ ਵੀ ਸ਼ੋਹ ਦੀ ਸ਼ੁਰੂਆਤ ਚ ਕੱਲ ਕੀਤੀ ਸੀ ਵੀ ਇੱਕ ਯੂਨੀਵਰਸਲ ਲੈਂਗੁਏਜ ਆ ਇਸ ਸਾਰਿਆਂ ਨੂੰ ਜੋੜਦਾ ਆ ਆ ਜਿਹੜਾ 뮤ਜ਼ਿਕ ਹੁੰਦਾ ਤੇ ਹੋ ਸਕਦਾ ਹੋਰ ਮਾੜਿਆ ਕਮਾਂ ਤੋਂ ਵੀ ਇਹ ਬਚਾਉਂਦਾ ਹੋਵੇ ਕਿਉਂਕਿ ਅੱਜ ਕੱਲ ਜਿਹੜੇ ਗੀਤ ਆ ਹੁਣ ਮੈਂ ਤੁਹਾਡੇ ਤੋਂ ਹੁਣ ਸੁਣਦੀ ਆ ਆਪਾਂ ਸ਼ੋਹ ਤੋਂ ਪਹਿਲਾਂ ਵੀ ਆਪਾਂ ਗੀਤwidehat ਕੁਝ ਸੁਣੇ ਸੀਗੇ ਪਰ ਸਾਡੇ ਜਿਹੜੇ ਤੁਹਾਡੇ ਗੀਤ ਆ ਘਰੇਲੂ ਜੇ ਆ ਜਿਹਦੇ ਵਿੱਚ ਮੈਸੇਜ ਆ ਥੋੜੇ ਜੇ ਸੈਡ ਯਾ ਰੋਮਾਂਟਿਕ ਕਿਆ ਸੂਫੀ ਗੀਤ ਆ ਤਾਂ ਜਿਹੜੇ ਏਜ ਗਰੁੱਪ ਤੇ ਜਿਆਦਾ ਅੱਜਕੱਲ ਜਿਹੜੇ ਆਪ ਬੀਟ ਗੀਤ ਤੇ ਆ ਭੰਗੜੇ ਵਾਲੇ ਖੜਕਵੇਂ ਜਿਹੇ ਗੀਤ ਲਾਈਕ ਕਰਦੇ ਇਹੋ ਜਿਹੇ ਗੀਤ ਵੀ ਤੁਸੀਂ ਕੋਈ ਲਖੇ ਆ ਨਾ ਇਦਾਂ ਦੇ ਮਗਾੜੇ ਨਹੀਂ ਲਖੇ ਹੂੰ ਐਕਚੁਅਲੀ ਆ ਮੇਰੇ ਜਨਰ ਦੇ ਆਈ ਨਹੀਂ ਹੂੰ ਹਾਂਜੀ ਸੋ ਤੁਹਾਡਾ ਧਿਆਨ ਇੱਧਰ ਇਦਾਂ ਦੇ ਗੀਤਾਂ ਨੂੰ ਨਹੀਂ ਜਨਤਾ ਨਾ ਇਦਾਂ ਦੇ ਗੀਤਾਂ ਵਾਲੇ ਨਹੀਂ ਆ ਕਿੰਨੇ ਛੋਟਾ ਸੰਦ ਮੈਂ ਬਹੁਤ ਰੇਅਰ ਸੋਣ ਤੇ ਕੀ ਹੁੰਦਾ ਜਿਆਦਾ ਤੁਸੀਂ ਮੈਂ ਐਕਚੁਅਲੀ ਆ ਸੂਫੀ ਸੁਣਦਾ ਵਾਂ ਹੂੰ ਹੂੰ ਸਪੈਸ਼ਲੀ ਨਸਰ ਸਾਹਿਬ ਨੂੰ ਹੂੰ ਹੂੰ ਸਰਤਾਜ ਸਰਤਾਜ ਜੀ ਐਂਡ ਦੈਨ ਫਿਰ ਅਰਜੀਤ ਸਿੰਘ ਹਿੰਦੀ ਵਿੱਚ ਜੂਬੀ ਨੋਟਿਆਲ ਹੂੰ ਤੇ غلام علی صاحب واو ਸੋ ਨਰਸਰਤ ਫਤੇਹ ਅਲੀ ਖਾਨ ਬੜਾ ਵੱਡਾ ਨਾਇਕ ਇੱਕ ਇੰਡਸਟਰੀ ਦਾ ਚਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਹਜੇ ਵੀ ਉਹਨਾਂ ਦਾ ਜਦੋਂ ਆਪਾਂ ਉਹਨਾਂ ਦੇ ਨਾਂ ਸੁਣਦੇ ਆ ਰਾਈਟ ਹੈ ਵੀ ਉਹਨਾਂ ਦੇ ਜਿਹੜੇ ਗੀਤ ਆ ਆਪਣੇ ਹਨਾ ਜ਼ੈਨ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਦਿਲ ਦੇ ਉੱਤੇ ਆ ਜਾਂਦੇ ਆ ਸੋ ਉਹਨਾਂ ਦਾ ਕਿਹੜਾ ਗੀਤ ਤੁਸੀਂ ਜਿਆਦਾ ਪਸੰਦ ਕਰਦੇ ਆ ਉਹਨਾਂ ਦੇ ਸਾਰੇ ਗੀਤ ਵਧੀਆ ਆ ਅਗਰ ਆਪਾਂ ਸਿਲੈਕਸ਼ਨ ਵਾਈਜ਼ ਕਰੀਏ ਤੇ ਬਹੁਤ ਔਖਾ ਹਾਂ ਹਾਂ ਤੇ ਸਪੈਸ਼ਲ ਮੈਨੂੰ ਜਿਹੜਾ ਦਿਲ ਨੂੰ ਲੱਗਿਆ ਆ ਸੌਂਗ ਆ ਸਾਨੂੰ ਇੱਕ ਪਲ ਚੰਨ ਆਵੇ ਜੇ ਉਹਦੇ ਦੋ ਬੋਲ ਹੋ ਜਾਣ ਤੁਹਾਡੀ ਆਵਾਜ਼ ਤੇ ਵੇ ਹਾਂਜੀ ਹੂੰ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸਾਡਾ ਕੱਲਿਆਂ ਜੀਣਿਓ ਲੱਗਦਾ ਸਾਡਾ ਕੱਲਿਆਂ ਜੀਣਿਓ ਲੱਗਦਾ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਬਿਊਟੀਫੁਲ ਅਮ ਇਹ ਜਿਹੜੇ ਜਿਹੜੇ ਗੀਤ ਆ ਸੂਫੀ ਜਿਹੜੇ ਗੀਤ ਆ ਮੇਰੇ ਖਿਆਲ ਜਿਹੜੇ ਇਹ ਗੁੰਗਰਾਉਣ ਇਹ ਜਿਹੜੇ ਗਾਉਣੇ ਆ ਇਹ ਸਾਰੇ ਨਾਲੋਂ ਜ਼ਿਆਦਾ ਓਕੇ ਹੁੰਦੇ ਆ ਆ ਆਪਾਂ ਅਕਸਰ ਕਈ ਨਵੇਂ ਜਿਹੜੇ ਗਾਇਕ ਇੰਡਸਟਰੀ ਦੇ ਵਿੱਚ ਵੇਖਦੇ ਆ ਜਿਹੜੇ ਸ਼ੁਰੂ ਹੀ ਚੱਕਵੇਂ ਗੀਤਾਂ ਤੋਂ ਕਰਦੇ ਆ ਆ ਤੁਸੀਂ ਆਪਣੀ ਸ਼ੁਰੂਆਤ ਸੂਫੀ ਗੀਤਾਂ ਤੋਂ ਕੀਤੀ ਕੋਈ ਡ੍ਰੀम्स ਜਾਂ ਇਨਸਪੀਰੇਸ਼ਨਸ ਇਸ ਜਰਨੀ ਨੂੰ ਲੈ ਕੇ ਕੀ ਆ ਤੁਹਾਡੇ ਇਸ ਉਮਰ ਦੇ ਵਿੱਚ ਅਕਚਲੀ ਮੇਰੇ ਡ੍ਰੀਮਸ ਆ ਵਾ ਕਿ ਇੱਕ ਵਾਰੀ ਵੱਡਾ ਕਲਾਕਾਰ ਬਣ ਕੇ ਸਪੈਸ਼ਲੀ ਜਿਹੜੇ ਗਰੀਬ ਤੇ ਜਿਨ੍ਹਾਂ ਨੂੰ ਇਸ ਟਾਈਮ ਨੀਡ ਸਪੈਸ਼ਲ ਉਹਨਾਂ ਦੀ ਹੈਲਪ ਕਰਨੀ ਵਾਓ ਮੇਨ ਗੱਲ ਆ ਅੱਛਾ ਹਾਂਜੀ ਸੋ ਇਹ ਨਹੀਂ ਵੀ ਤੁਸੀਂ ਕੋਈ ਲੈਵਿਸ਼ ਲਾਈਫ ਸਟਾਈਲ ਆਪਣਾ ਜੀਣਾ ਚਾਹੁੰਦੇ ਆ ਵਧੀਆ ਕੱਪੜੇ ਬ੍ਰਾਂਡ ਨੇਮ ਗੱਡੀ ਹੋਵੇ ਕੋਲ ਦੁਨੀਆ ਘੁੰਮਣੀ ਉਹ ਤਾਂ ਹਰ ਇੱਕ ਦਾ ਹੁੰਦਾ ਡ੍ਰੀਮ ਉਹ ਹਰ ਇੱਕ ਕਰੀ ਜੁੰਦਾ ਉਹ ਤਾਂ ਸਾਈਡ ਵਾਲਾ ਮਤਲਬ ਹਾਂ ਹਾਂ ਹਾਂਜੀ ਬਟ ਮੇਨ ਮੇਨ ਜਿਹੜਾ ਉਹ ਆ अच्छा सो so, इदी शुरुआत ਤੁਸੀਂ ਕਿਵੇਂ ਕਰੋਗੇ ਐਮ ਵੀ ਕਿਉਂਕਿ ਆਪ ਨੂੰ ਹੁਣ ਪਤਾ ਅੱਜਕੱਲ ਜਿਹੜੀ ਗਾਉਣ ਵਾਲੀ ਸੀਨ ਆ ਇਟਸ ਸੋ ਬਿਜ਼ੀ ਜਿਹਦੇ ਕੋਲ ਪੈਸਾ ਹੈਗਾ ਆ ਉਹ ਲਾ ਸਕਦਾ ਇਸ ਲਾਈਨ ਦੇ ਵਿੱਚ ਸਪான்ਸਰਸ ਵੀ ਲੱਭ ਲੰਦੇ ਆ ਬਿਜ਼ਨੈਸਸ ਵੀ ਲੱਭ ਲੰਦੇ ਆ ਤੇ ਜਿਹੜਾ ਕਿ ਅਸਲੀ ਜਿਹੜਾ ਟੈਲੈਂਟ ਆ ਜਿਹਦਾ ਹੁਣ ਸਾਡੇ ਤੁਸੀਂ ਸਾਡੇ ਮੋਹਰੇ ਆ ਕਿ ਡਿਸਕਵਰ ਨਹੀਂ ਕਰਦੇ ਉਹਨਾਂ ਨੂੰ ਕੋਈ ਪਲੈਟਫਾਰਮ ਨਹੀਂ ਮਿਲਦਾ ਤੁਸੀਂ ਵੀ ਤੁਹਾਡੀ ਇੰਟਰਵਿਊ ਵੀ ਪੈਲੀ ਆ ਟੀਵੀ ਦੇ ਉੱਤੇ ਮੈਂ ਹੈਰਾਨ ਆ ਇਸ ਗੱਲ ਤੋਂ ਵੀ ਤੁਹਾਨੂੰ ਅਜੇ ਕਿਸੇ ਨੇ ਡਿਸਕਵਰ ਨਹੀਂ ਕੀਤਾ ਆਮ ਸੋ ਤੁਹਾਨੂੰ ਕੀ ਲੱਗਦਾ ਆ ਕਿ ਤੈਨਾਂ ਕਿਤੇ ਤੁਹਾਡੀ ਬ੍ਰੇਕ ਕਦੋਂ ਆਊਗੀ ਕਿਵੇਂ ਆਊਗੀ ਕੋਈ ਤੁਹਾਡੀ ਰਿਕਾਰਡਿੰਗ ਹੋਈ ਆ ਕਿੱਦਾਂ ਇਹਦੀ ਸ਼ੁਰੂਆਤ ਸੀ ਅਕਚਲੀ ਮੇਰਾ ਪਹਿਲਾ ਗਾਣਾ ਰਿਕਾਰਡ ਹੋ ਚੁੱਕਿਆ ਇਸ ਟਾਈਮ ਐਂਡ ਮੇਬੀ ਅਸੀਂ ਐਸ ਮਹੀਨੇ ਦੇ ਐਂਡ ਤੱਕ ਕਰ ਦਈਏ ਜਾਂ ਪਹਿਲਾਂ ਵੀ ਹੋ ਸਕਦਾ ਕਰ ਦਈਏ ਵਾਓ ਗੁੱਡ ਹਾਂਜੀ ਉਹ ਸਪੈਸ਼ਲ ਮੰਮੀ ਤੇ ਡੈਡੀ ਨੂੰ ਉਹਨਾਂ ਨੂੰ ਡੈਡੀਕੇਟਡ ਹੈ ਅੱਛਾ ਮੰਮੀ ਤੇ ਡੈਡ ਨੂੰ ਉਹਨਾਂ ਨੂੰ ਡੈਡੀਕੇਟਡ ਉਹ ਕੁੜੀ ਵੱਲੋਂ ਆ ਐਂਡ ਲਾਈਕ ਇੰਟਰਨੈਸ਼ਨਲ ਸਟੂਡੈਂਟ ਜਿਹੜੀ ਕੁੜੀ ਆ ਉਹ ਆਪਣੇ ਡੈਡੀ ਤੇ ਮੰਮੀ ਨੂੰ ਮੈਸੇਜ ਦੇ ਰਹੀ ਉਹਦੇ ਵਿੱਚ ਸਪੈਸ਼ਲ ਕੀ ਆ ਮੈਸੇਜ ਉਹ ਮੈਸੇਜ ਦਾ ਅੱਖਾਂ ਦੇ ਵਿੱਚ ਸੁਪਨੇ ਲੈ ਕੇ ਮਾਪਿਓ ਮੈਨੂੰ ਭੇਜਿਆ ਪੜਨੇ ਆਥ ਨੇ ਹੱਥੀ ਸ਼ਫਟਾ ਲਾਉਂਦੀ ਤੜਕੇ ਕਾਲਜ ਜਾਂਦੀ ਪੜਨੇ ਇੱਕ ਦਿਨ ਤੁਹਾਨੂੰ ਇੱਥੇ ਲੈ ਆਉਣਾ ਦਿਲ ਵਿੱਚ ਤੁਸੀਂ ਖਿਆਲ ਰੱਖਿਓ ਮੈਂ ਤੇ ਆਪਣਾ ਰੱਖ ਲੈਣਾ ਆ ਬੇਬੇ ਜੀ ਤੁਸੀਂ ਖਿਆਲ ਰੱਖਿਓ ਮੈਂ ਤੇ ਆਪਣਾ ਰੱਖ ਲੈਣਾ ਆ ਬਾਪੂ ਜੀ ਤੁਸੀਂ ਖਿਆਲ ਰੱਖਿਓ ਬਹੁਤ ਅੱਛੇ ਕਿੰਨਾ ਨਾ ਸਿਰਫ ਮਾਪਿਆਂ ਨੂੰ ਨਹੀਂ ਫਿਕਰ ਹੁੰਦਾ ਧੀਆਂ ਨੂੰ ਪੁੱਤਾਂ ਨੂੰ ਵੀ ਫਿਕਰ ਹੁੰਦਾ ਆਪਣੇ ਪੇਸ਼ੌਕੇ ਦਾ ਪਿੱਛੇ ਮਾਪਿਆਂ ਦਾ ਵੀ ਕਿਉਂਕਿਆਂ ਦੇ ਜਿਹੜੇ ਘਰ-ਬਾਰ ਆ ਉਹਨਾਂ ਦੇ ਸਿਰ ਤੇ ਹੀ ਚੱਲਦੇ ਆ ਸੋ ਮੇਰਾ ਖਿਆਲ ਜਿਹੜਾ ਇਹਦਾ ਤੁਹਾਨੂੰ ਰਿਸਪਾਂਸ ਬਹੁਤ ਸੋਹਣਾ ਹੀ ਮਿਲਣਾ ਆ ਐਮ ਵੀ ਬਿਕਾਜ਼ ਆ ਇਹ ਸਟੂਡੈਂਟ ਹੀ ਹਰੇਕ ਦੀ ਇੱਥੇ ਹੁਣ ਲਾਈਫ ਐਸ ਵੈਲੇ ਹੈਗੀ ਆ ਕਿ ਉਹ ਕੰਮ ਵੀ ਕਰਦੇ ਆ ਪੜ੍ਹਾਈ ਵੀ ਕਰਦੇ ਆ ਤੇ ਉਹਨਾਂ ਨੂੰ ਪਿੱਛੇ ਦਾ ਵੀ ਫਿਕਰ ਆ ਸੋ ਬਾਕੀ ਹੁਣ ਆਪਾਂ ਗੱਲ ਕਰਦੇ ਇਹ ਗੀਤ ਤੁਹਾਡਾ ਖਿਆਲ ਕਦੋਂ ਰਿਲੀਜ਼ ਹੋਣ ਜਾ ਰਿਹਾ ਮੇਬੀ 31 ਔਰ ਉਹ ਤਾਂ ਪਹਿਲਾਂ ਵੀ ਆਸਾਦਾ ਕਿਉਂਕਿ 31 ਨੂੰ ਮੇਰੇ ਡੈਡ ਦਾ ਜਨਮ ਦਿਨ ਹੈ ਅੱਛਾ ਹਾਂਜੀ ਸੋ ਤੁਸੀਂ ਚਾਹੁੰਦੇ ਕਿ ਤੁਹਾਡੇ ਡੈਡ ਦੇ ਜਨਮ ਦਿਨ ਤੇ ਤੁਹਾਡਾ ਪਹਿਲਾ ਜਿਹੜਾ ਗੀਤ ਬਣੇ ਸਵੇ ਅਸੀਂ ਵੀ ਇਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਇਹ ਤੁਹਾਡਾ ਜਿਹੜਾ ਵਿਸ਼ਾ ਹੈ ਇਹ ਪੂਰਾ ਹੋਵੇ ਹਾਂਜੀ ਅੱਗੇ ਐਮ ਵੀ ਜਿੱਥੋਂ ਮੈਂ ਮੇਰੇ ਖਿਆਲ ਤੁਹਾਨੂੰ ਡਿਸਕਵਰ ਅੱਜ ਕੀਤਾ ਆ ਅਚਾਨਕ ਹੀ ਤੁਸੀਂ ਸਾਡੇ ਸਟੂਡੀਓ ਪਹੁੰਚੇ ਤੇ ਮਦਰਸਡੇ ਤੇ ਅਸੀਂ ਇੱਕ ਸਪੈਸ਼ਲ ਪ੍ਰੋਗਰਾਮ ਕਰਨ ਜਾ ਰਹੇ ਹਾਂ ਮਦਰਸਡੇ ਇਸ ਸੰਡੇ ਆ ਵੈਸੇ ਮਦਰਸਡੇ ਤਾਂ ਹਰੇਕ ਦਿਨੀ ਹੁੰਦਾ ਆ ਕੋਈ ਸਪੈਸੀਫਿਕ ਡੇ ਨਹੀਂ ਹੁੰਦਾ ਪਰ ਇਹ ਥੋੜਾ ਜਿਹਾ ਕਮਰਸ਼ੀਅਲਾਈਜ਼ ਹੋ ਗਿਆ ਪਤਾ ਜਿਹੜੀ ਮਾਂ ਦੀ ਜਿਹੜੀ ਅਮੀਅਤ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਆ ਨਾਲ ਹੀ ਤੁਹਾਡੇ ਡੈਡ ਦੀ ਆ ਪਰ ਤੁਸੀਂ ਕੇ ਕੀ ਗੀਤ ਬਹੁਤ ਸੋਹਣੇ ਆਪਣੇ ਮਾਂ ਦੇ ਉੱਤੇ ਲਿਖਿਆ ਤੇ ਇੱਕ ਜਿਹੜਾ ਗੀਤ ਆ ਜਨੇ ਸਾਡੇ ਦਿਲ ਨੂੰ ਬਹੁਤ ਚੋਇਆ ਬਿਕੋਜ਼ ਇੱਕ ਵੀਡੀਓ ਕਾਲ ਇੱਕ ਇਹੋ ਜਿਹੀ ਚੀਜ਼ ਆ ਆ ਕਿ ਜਿਹੜੀ ਯੂ نو ਅੱਗੇ ਚਿੱਠੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਸਿਰਫ ਫੋਨ ਕਾਲਸ ਹੁੰਦੇ ਸੀਗੇ WhatsApp ਆ ਗਿਆ ਵੀਡੀਓ ਕਾਲਸ ਹੋਣ ਲੱਗ ਪਈਆਂ ਸੋ ਬਹੁਤ ਵਧੀਆ ਸਹੂਰਤ ਆ ਬਟ ਇਹਦੇ ਤੇ ਤੁਸੀਂ ਇੱਕ ਗੀਤ ਲਿਖਿਆ ਆ ਐਕਚੁਅਲੀ ਉਹ ਮੈਂ ਨਹੀਂ ਲਿਖਿਆ ਐਕਚੁਅਲੀ ਮੇਰੇ ਫਰੈਂਡ ਨੇ ਲਿਖਿਆ ਤੇ ਫਰੈਂਡ ਨੇ ਲਿਖਿਆ ਤੇ ਉਹਦੀ ਕੰਪੋਜੀਸ਼ਨ ਪਰ ਤੁਸੀਂ ਕੀਤੀ ਹਾਂਜੀ ਕੰਪੋਜੀਸ਼ਨ ਵਾਓ ਸੋ ਤੁਹਾਡੇ ਫਰੈਂਡ ਕਿਥੇ ਇੰਡੀਆ ਚ ਇੱਥੇ ਆ ਇੱਥੇ ਸਰੀ ਜੀ ਆ ਇੱਥੇ ਸਰੀ ਦੇ ਵਿੱਚ ਆ ਹਾਂਜੀ ਸੋ ਉਹਨਾਂ ਨੇ ਇਹ ਗੀਤ ਲਿਖਿਆ ਤੇ ਤੁਸੀਂ ਇਹ ਕੰਪੋਜ਼ ਕੀਤਾ ਤੇ ਆ ਮੈਂ ਚਾਹੁੰਦੀ ਆ ਕਿ ਅੱਜ ਤੁਸੀਂ ਸਾਡੇ ਜਿਹੜੇ ਵਿਊਅਰਸ ਦੇ ਨਾਲ ਇਹ ਜ਼ਰੂਰ ਸ਼ੇਅਰ ਕਰੋ ਹਾਂਜੀ ਤੋ ਇਦਾਂ ਸੀ ਦੂਰ ਕਰਕੇ ਜਿਗਰ ਦੇ ਟੋਟੇ ਆਪਣੀ ਕਿਸਮਤ ਨੂੰ ਕੋਸੇ ਹਰ ਵੇਲੇ ਬਣੇ ਰਿਓ ਉਡਾਵੇ ਕਾ ਹਰ ਵੇਲੇ ਬਣੇ ਰਿਓ ਉਡਾਵੇ ਕਾ ਵੀਡੀਓ ਕਾਲ ਤੇ ਰਹੇ ਅੱਖਾਂ ਪੂਜਦੀ ਗੱਲ ਦਿਲ ਦੀ ਨਾ ਦੱਸ ਦੀ ਮਾਂ ਵੀਡੀਓ ਕਾਲ ਤੇ ਰਹੇ ਅੱਖਾਂ ਪੁੰਝਦੀ ਗੱਲ ਦਿਲ ਦੀ ਨਾ ਦੱਸ ਦੀ ਮਾਂ ਅੱਖਾਂ 'ਚ ਪਾਣੀ ਆ ਗਿਆ ਗੀਤ ਸੁਣ ਕੇ ਐਮ ਵੀ ਬਿਊਟੀਫੁਲ ਐਂਡ ਤੇ ਫਰੈਂਡ ਨੇ ਵੀ ਬਹੁਤ ਸੋਹਣਾ ਇਹ ਲਿਖਿਆ ਤੇ ਜਿਹੜੇ ਤੁਸੀਂ ਆਪਣੀ ਇਹਨੂੰ ਆਵਾਜ਼ ਦਿੱਤਾ ਤੇ ਅ ਐਂਡ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਆਬਵੀਅਸਲੀ ਇੱਕ ਤਾਂ ਜਿਹੜੇ ਪਲੈਟਫਾਰਮਸ ਹੈਗੇ ਆ ਫੋਰ ਸਿੰਗਰਸ ਕੋਈ ਵੀ ਆਰਟਿਸਟ ਲਈ YouTube ਫਗੇਰਾ ਵਰਕੇ ਹੈਗੇ ਆ ਮਿਊਜ਼ਿਕ ਲੇਬਲ ਰეკોર્ਡਸ ਹੈਗੇ ਆ ਤੁਸੀਂ ਆਪਣੇ ਗੀਤ ਹੋਰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਕੋਈ ਸੋਸ਼ਲ ਮੀਡੀਆ ਯੂਜ਼ ਕਰਦੇ ਆ ਇੰਸਟਾਗ੍ਰam ਹੈਂਡਲਸ ਕੀ ਤੁਸੀਂ ਯੂਜ਼ ਕਰਦੇ ਆ ਵੀ ਕਿਤੇ ਨਾ ਕਿਤੇ ਕੋਈ ਤੁਹਾਡੇ ਜਿਹੜੇ ਗੀਤ ਕੋਈ ਜਿੱਥੇ ਸੁਣ ਸਕਦੇ ਆ ਇੰਸਟਾਗ੍ਰam ਓਕੇ mv_gil mv_gil right and ਬਾਕੀ YouTube ਤੇ ਅਗਾਵਾ ਬਟ ਮੈਂ ਆਫਲਾਈਨ ਉੱਤਕਿੰਨੇ ਜਰਦਾ ਅੱਛਾ ਆਫਲਾਈਨ ਹੈ ਉੱਥੇ ਸੋ ਤੁਸੀਂ ਹੋਰ ਬਿਹਾਈਂਡ ਦ ਸੀਨਸ ਆਪਣੇ ਹੋਰ ਮਿਊਜ਼ਿਕ ਦੇ ਉੱਤੇ ਕੰਮ ਕਰਦੇ ਆ ਹਾਂਜੀ ਗ੍ਰੇਟ ਐਂਡ ਇੱਕ ਜਰੂਰ ਮਿਸ ਸੋਰੀ ਸਟੋਰੀ ਜਿਹੜੀ ਤੁਹਾਡੀ ਹੋਊ ਆ ਸ਼ੇਅਰ ਕਰਨਾ ਚਾਹੂੰਗੀ ਆਪਾਂ ਬਿਹਾਈਂਡ ਦ ਸੀਨਸ ਗੱਲ ਕਰਦੇ ਸੀ ਕਿ ਇੱਕ ਵਾਰੀ ਸੁੱਤੇ ਪਏ ਤੇ ਤੁਸੀਂ ਆ ਗੀਤ ਜਿਹੜੇ ਉਹ ਲਿਖਣ ਲੱਗ ਜਾਂਦੇ ਉਹ ਥੋੜੀ ਜਿਹੀ ਸਟੋਰੀ ਸਾਡੇ ਵਿਊਅਰਸ ਦੇ ਨਾਲ ਸ਼ੇਅਰ ਕਰਿਓ ਹਾਂਜੀ ਤੇ ਐਕਚੁਅਲੀ ਉਹ ਇਦਾਂ ਗੱਲ ਹੋਈ ਸੀ ਕਿ ਮਸਤਾ ਅਸੀਂ ਤਾਂ ਐਂਡ ਮੈਨੂੰ ਸ਼ਾਇਰੀ ਆਈ ਸੀ ਇੱਕ ਦਿਮਾਗ ਦੇ ਵਿੱਚ ਅਚਾਨਕ ਕਿਉਂਕਿ ਆਪਣਾ ਜਿਹੜਾ ਸਬਕੌਨਸ਼ੀਅਸ ਦਿਮ अजीब सिलसिला है मेरी मोहब्बत का पता है कि उसे नहीं पा पाऊंगा पर फिर भी देखता हूं उसे ख्वाबों में आज भी ते एंड दिन जो सवेरे उठ के मैं ओलीया बढ़िया लाइंस एंड देन उतों बाद जो मैं लिखया वो पंजाबी गाना लिखया सी मैं एंड उतों मैं लिखया सी मेनू ख्वाब तू अपने दे दे रातानू तू ले ले मेनू याद तू अपनी दे दे मुलाकाता तू ले ले ਮੈਨੂੰ ਫਿਕਰ ਨਹੀਂ ਕਿ ਖੋਣਾ ਏ ਮੈਂ ਮੈਨੂੰ ਫਿਕਰ ਨਹੀਂ ਕਿ ਖੋਣਾ ਏ ਮੈਂ ਬਸ ਇੰਨਾ ਮੈਂ ਪਾ ਤਲਵਾ ਮੈਨੂੰ ਮਿਲੇ ਤੂੰ ਨਾ ਮਿਲੇ ਇਹ ਗੱਲ ਬਾਦ ਦੀ ਪਹਿਲਾ ਮੈਂ ਖੁਦ ਨੂੰ ਤੇਰੇ ਚ ਗਵਾ ਤਾ ਲਵਾਂ ਗਵਾਤਾਂ ਨਵਾਂ ਬਿਊਟੀਫੁਲ ਮੈਨੂੰ ਬਹੁਤ ਹੈ ਨਾ ਖੁਸ਼ੀ ਹੋਈ ਇੱਥੇ ਤੁਹਾਡੇ ਕੋਲ ਬੈੱਕ ਕੇ ਕਿ ਤੁਹਾਡੀ ਏਜ ਗਰੁੱਪ ਦੇ ਕੋਈ ਜਿਦਾ ਤੁਹਾਡੀ ਜਿਹੜੀ ਸਰਕਲ ਹੈਗੀ ਆ ਇੰਨੇ ਸੋਹਣੇ ਲਿਖਦੇ ਆ ਇੰਨਾ ਸੋਹਣਾ ਗਾਉਂਦੇ ਆ ਖਾਸ ਕਰਕੇ ਕਲੀਨ ਬਿਕਾਜ਼ ਜਦੋਂ ਅਸੀਂ ਅੱਜ ਕੱਲ ਦੇ ਲਿਰਿਕਸ ਵੇਖਦੇ ਆ ਅਸੀਂ ਵੀ ਥੋੜਾ ਜਿਹਾ ਤੰਗ ਆ ਗਏ ਆ ਥੋੜਾ ਜਿਹਾ ਅੱਕ ਗਿਆ ਨਸ਼ਿਆਂ ਤੋਂ ਕੁੜੀਆਂ ਤੋਂ ਗੱਡੀਆਂ ਯੂ ਨੋ ਰਫਲਾ ਸੁਣ ਕੇ ਹਮੇਸ਼ਾ ਸੋ ਜਦੋਂ ਇਹੋ ਜਿਹੇ ਨੌਜਵਾਨ ਸਾਡੇ ਮੋਰੇ ਆਉਂਦੇ ਨਹੀਂ ਸਾਫ ਸੁਥਰੀ ਗਾਇਕੀ ਲੈ ਕੇ ਆਉਂਦੇ ਆ ਸਾਡੀ ਦਿਲੋਂ ਦਵਾਇਆ ਕਿ ਤੁਸੀਂ ਆਮ ਇਹ ਜਿਹੜੀ ਹੁਣ ਤੁਸੀਂ ਜਿਹੜਾ ਸਟੈਪ ਚੁੱਕਿਆ ਆ ਤੁਹਾਡੀ ਮੰਜ਼ਿਲ ਤੱਕ ਜਾਵੇ ਤੇ ਜਿਹੜੇ ਤੁਸੀਂ ਵਿਸ਼ੇਸ ਆ ਜਿਵੇਂ ਤੁਸੀਂ ਕਹਿੰਦੇ ਵੀ ਤੁਸੀਂ ਗਰੀਬਾਂ ਦੇ ਵਿੱਚ ਜੋ ਤੁਹਾਨੂੰ ਯੂ نو ਇਹਦੀ ਕਮਾਈ ਵੇਲੇ ਉਹ ਤੁਸੀਂ ਵੰਡੋ ਐਂਡ ਆਈ ਰੀਲੀ ਵਾਂਟ ਟੂ ਸੀ ਥੈਟ ਹੈਪਨ ਆਮ ਐਂਡ ਦੇ ਵਿੱਚ ਐਮ ਵੀ ਤੁਸੀਂ ਆ ਮਾਂ ਤੇ ਬਾਪ ਸੋਹਣਾ ਜਿਹੜਾ ਗੀਤ ਆ ਤੁਸੀਂ ਇੱਕ ਰਿਲੀਜ਼ ਕਰਨ ਚੱਲੇ ਆ ਨਾਲੇ ਬਾਪ ਦੇ ਉੱਤੇ ਇੱਕ ਤੁਸੀਂ ਆਪਣੇ ਫਰੈਂਡ ਦਾ ਜਿਹੜਾ ਆਪਣੇ ਸਾਨੂੰ ਸੁਣਾਇਆ ਸੀਗਾ ਸੋ ਅੱਜ ਹੋ ਸਕਦਾ ਤੁਹਾਡੇ ਮਮ ਡੈਡ ਵੀ ਤੁਹਾਨੂੰ ਵੇਖਦੇ ਹੋਣ ਵਿਦੇਸ਼ਾਂ ਦੇ ਵਿੱਚ ਤੁਸੀਂ ਵਿਥੇ ਬੈਠੇ ਆ ਤੇ ਵਤਨੋਂ ਤੁਹਾਨੂੰ ਵੇਖ ਉਹਨਾਂ ਵਾਸਤੇ ਕੀ ਮੈਸੇਜ ਤੁਸੀਂ ਦੇਣਾ ਚਾਹੁੰਗੇ ਐਕਚੁਅਲੀ ਜੀ ਮੈਂ ਬਸ ਨਾ ਦੇਣਾ ਚਾਹੁੰਗਾ ਮੈਸੇਜ ਇਸ ਟਾਈਮ ਕਿ ਬਸ ਆਪਣਾ ਖਿਆਲ ਰੱਖਿਓ ਬਿਕਾਉਜ਼ ਇਸ ਟਾਈਮ ਜਿਹੜਾ ਚੱਲ ਰਿਹਾ ਕਰੋਨਾ ਉਹਦੇ ਤੋਂ ਬਹੁਤ ਜ਼ਿਆਦਾ ਪੀੜਿਤ ਹੋ ਰਹੇ ਆ ਤੇ ਬਸ ਇੰਨਾ ਆਪਣਾ ਖਿਆਲ ਰੱਖਿਓ ਕਿ ਉਹ ਤੋਂ ਬਚੇ ਰਹੋ ਹਾਂਜੀ ਐਂਡ ਇੱਕ ਵਾਰੀ ਐਂਡ ਦੇ ਵਿੱਚ ਤੁਸੀਂ ਕੁਝ ਵੀ ਜੇ ਸੁਣਾਉਣਾ ਚਾਹੁੰਗੇ ਸਾਡੇ ਈਵਰਸ ਵਾਸਤੇ ਕੋਈ ਜਾਂ ਕੋਈ ਵੀ ਮੈਸੇਜ ਦੇਣਾ ਚਾਹੁੰਗੇ ਤੇ ਪਲੈਟਫਾਰਮ ਇਜ਼ ਯੋਰਸ ਹਮ ਸੋ ਗਾਣਾ ਚੱਲੂਗਾ ਬਈ ਜੀ ਬਿਲਕੁਲ ਜੀ ਬਿਲਕੁਲ ਯੈਸ ਸ਼ਾਇਦ ਉਸ ਨਾਲ ਨੇ ਕਮੈਂਟ ਜੀ ਸ਼ਾਇਦ ਹੀ ਤੁਸੀਂ ਸੁਣਾ ਸਕਦੇ ਆਂ ਐਂਡ ਤੇ ਐਂਡ ਦੇ ਵਿੱਚ ਤੁਹਾਨੂੰ ਮੈਂ ਇੱਕ ਗੱਲ ਜਰੂਰ ਦੱਸੂਗੀ ਮਦਰਸਡੇ ਆ ਰਿਹਾ ਆਇਆ ਐਮ ਵੀ ਸਿੰਘ ਨੇ ਬਹੁਤ ਸਾਰੇ ਮੈਸੇਜ ਦਿੱਤੇ ਆ ਆਪਣੇ ਪੇਰੈਂਟਸ ਵਾਸਤੇ ਜੇ ਤੁਸੀਂ ਵੀ ਕੋਈ ਮੈਸੇਜ ਸਾਨੂੰ ਆਪਣੇ ਪੇਰੈਂਟਸ ਵਾਸਤੇ ਆਪਣੇ ਮਮ ਵਾਸਤੇ ਕਾਸ ਕਰਕੇ ਕਿ ਕਿ ਮਦਰਸਡੇ ਸੰਡੇ ਹੈਗੀ ਆ ਤੁਸੀਂ ਮੈਨੂੰ ਈਮੇਲ ਕਰ ਸਕਦੇ ਆਂ suki@channelpunjabi.ca ਇੱਕ 22nd ਦੀ ਵੀਡੀਓ ਸਾਨੂੰ ਭੇਜਿਓ ਤੇ ਅਸੀਂ ਜ਼ਰੂਰ ਤੁਹਾਡੀ ਮਾਮ ਤੱਕ ਉੱਪਰ ਦੀ ਕਰਾਂਗੇ ਜਿਹੜਾ ਫਰਡੇ ਵਾਲਾ ਸ਼ੋਅ ਆ ਤੁਹਾਡੇ ਜਿਹੜੇ ਵੀਡੀਓਜ਼ ਐ ਸਬਮਿਸ਼ਨਸ ਲੈ ਰਹੇ ਆ ਸੋ ਯੂ ਕੰਸੈਂਡ ਇਮ ਟੂ ਮੀ 20 ਸਕਿੰਡਸ ਦਾ ਵਾਧ ਨਹੀਂ ਹੋਣੀ ਚਾਹੀਦੀ ਤੇ ਅਸੀਂ ਚੈਨਲ ਪੰਜਾਬੀ ਦੇ ਫਰੰਟਲਾਈਨ ਪ੍ਰੋਗਰਾਮ ਫਰਾਈਡੇ ਦੇ ਵਿੱਚ ਪਲੇ ਕਰਾਂਗੇ ਹਾਂਜੀ ਐਮ ਵੀ ਐਂਡ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਐਕਚੁਅਲੀ ਮੈਂ ਆਪਣੇ ਉੱਤੇ ਲਿਖੀ ਸੀ ਇੱਕ ਸ਼ਾਇਰੀ ਉਹ ਲਿਖ ਉਹ ਬਿਆਨ ਕਰੂੰਗਾ ਮੈਂ ਜੀ ਕੀ ਮੈਂ ਸ਼ਾਇਰ ਹਾਂ ਮੇਰੇ ਲਈ ਅੱਜ ਵੀ ਇਹ ਸਵਾਲ ਆ ਜੇ ਮੈਂ ਖੁਦ ਨੂੰ ਪੂਰਾ ਕਹਿੰਦਾ ਤੇ ਕਿਉਂ ਅੱਜ ਵੀ ਫੇਰੇ ਉਹਦੀ ਭਾਲਿਆ ਲਫ਼ਜ਼ਾਂ ਦਾ ਇਹ ਖੇਡ ਮੈਨੂੰ ਉਹਨੂੰ ਦੇਖ ਕੇ ਆਉਂਦਾ ਹੈ ਮੇਰਾ ਦਿਲ ਜਿੰਨੂੰ ਪਿਛਲੇ ਕਈ ਸਾਲਾਂ ਤੋਂ ਚਾਹੁੰਦਾ ਹੈ ਪਾਵੇਂ ਹੋਣ ਗਿਆ ਉਹਦੇ ਤੋਂ ਖੂਬਸੂਰਤ ਕਈ ਪਰ ਮੇਰੇ ਲਈ ਅਸਲੀ ਖੂਬਸੂਰਤੀ ਦੀ ਉਹੀ ਮਿਸਾਲ ਆ ਜੇ ਮੈਂ ਖੁਦ ਨੂੰ ਪੂਰਾ ਕਹਿੰਦਾ ਤੇ ਫਿਰ ਕਿਉਂ ਅੱਜ ਵੀ ਉਹਦੀ ਭਾਲਿਆ ਰੌਣਕ ਜਿਹੀ ਆ ਜਾਂਦੀ ਐ ਉਹਦੀ ਤਸਵੀਰ ਜਦ ਮੈਂ ਦੇਖਦਾ ਆ ਉਹਨੂੰ ਚਾਹੁੰਦਾ ਮੈਂ ਬਣਾਉਣਾ ਹਮਸਫਰ ਆਪਣੇ ਲੇਖਦਾ ਆ ਉਹਦੀਆਂ ਅੱਖਾਂ 'ਚ ਸ਼ਤਾਨੀ ਤੇ ਬੁੱਲਿਆਂ ਤੇ ਮੁਸਕਾਨ ਉਹਦੇ ਕਾਲੇ ਤੇ ਹਲਕੇ ਜਿਹੇ ਸੁਨਹਿਰੀ ਰੰਗ ਦੇ ਵਾਲ ਆ ਜੇ ਮੈਂ ਖੁਦ ਨੂੰ ਪੂਰਾ ਕਹਿੰਦਾ ਤੇ ਫਿਰ ਕਿਉਂ ਅੱਜ ਵੀ ਉਹਦੀ ਭਾਲਿਆ ਰੰਗ ਫਿੱਕੇ ਅਤੇ ਗੂੜੇ ਦੋਨੇ ਉਹਦੇ ਤੇ ਜੱਤਦੇ ਆ ਉਹ ਜਦ ਹੱਸੇ ਇੰਜ ਲੱਗੇ ਜੰਗਲਾਂ ਚ ਜਿਵੇਂ ਮੋਰ ਨੱਚਦੇ ਆ ਉਹਦੀਆਂ ਅੱਖਾਂ ਚ ਕਾਜਲ ਅਤੇ ਬੁੱਲੀਆਂ ਤੇ ਸੁਰਖੀ ਲਾ ਲਿਆ ਉਹਦੇ ਨੱਕ ਤੇ ਨਖਰਾ ਅਤੇ ਪੈਰਾਂ ਚ ਭੁਜਾਲਿਆ ਜੇ ਮੈਂ ਖੁਦ ਨੂੰ ਪੂਰਾ ਕਹਿਣਾ ਤੇ ਫਿਰ ਕਿਉਂ ਅੱਜ ਵੀ ਉਹਦੀ ਭਾਲਿਆ ਐਮ ਵੀ ਖਾਲੀ ਪੰਨੇ ਜਿਹਾ ਸੀ ਮੇਰੀ ਜ਼ਿੰਦਗੀ ਚ ਆਈ ਉਹ ਅਲਫਾਜ਼ ਬਣ ਕੇ ਗਿੱਲ ਸੀ ਗੁੰਗਾ ਉਹਦੇ ਬਾਜੂ ਉਹ ਆਈ ਗਲੇ ਚ ਆਵਾਜ਼ ਬਣ ਕੇ ਵਾਹ ਵਾਹ ਕਰਦੇ ਨੇ ਲੋਗ ਸ਼ਾਇਰੀ ਸੁਣ ਕੇ ਕਹਿੰਦੇ ਬਾ ਕਮਾਲਿਆ ਉਹਨਾਂ ਨੂੰ ਕੀ ਮੈਂ ਦੱਸਾਂ ਇਹ ਇੱਕ ਤਰਫਾ ਆਸ਼ਿਕ ਦੇ ਦਿਲ ਦਾ ਹਾਲ ਆ ਜੇ ਮੈਂ ਖੁਦ ਨੂੰ ਪੂਰਾ ਕਹਿਣਾ ਤੇ ਫਿਰ ਕਿਉਂ ਅੱਜ ਵੀ ਉਹਦੀ ਪਾਲਿਆ ਕੀ ਮੈਂ ਸ਼ਾਇਰ ਮੇਰੇ ਲਈ ਅੱਜ ਵੀ ਇਹ ਸਵਾਲ ਆ ਵਾ ਵਾ ਬਿਲਕੁਲ ਸ਼ਾਇਰ ਹਾਂ ਤੇ ਸ਼ਾਇਰ ਨਾਲ ਵੀ ਤੁਸੀਂ ਵਾਦਦੇ ਆ ਥੈਂਕ ਯੂ ਅਗੇਨ ਸੋ ਮਚ ਐਮ ਵੀ ਤੁਸੀਂ ਖੜੇ ਪੈਰ ਇੰਨਾ ਸਨ ਸਨ ਜੁੜੇ ਆ ਮੈਂ ਫਿਲ ਇਥੇ ਤੁਸੀਂ ਲਾਈਆਂ ਐਂਡ ਵੀ ਵਿਸ਼ ਯੂ 올 ਦਾ ਬੈਸਟ ਐਂਡ ਜਦੋਂ ਤੁਹਾਡਾ ਗੀਤ ਰਿਲੀਜ਼ ਹੋਇਆ ਸੀ ਜਰੂਰ ਸਾਡੇ ਪਲੇਟਫਾਰਮ ਤੇ ਨੂੰ ਪਲੇ ਕਰਾਂਗੇ ਤੇ ਅਡਵਾਂਸ ਕਰਦੇ ਹਾਂ ਕਿ ਯੂ ਸਿਕਸੀਡ ਇਨ ਏਵਰੀ ਵਿਸ਼ ਥੈਂਕ ਯੂ ਥੈਂਕ ਯੂ ਅਮੀਦ ਕਰਦੇ ਹਾਂ ਜਿਸ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਆਦਰ ਹੋਵੰਗੇ ਕਲਤਾ ਇਟਲੀ ਆਪਣੀ ਸਿੱਖੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ